ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਨੈਪੋਲੀਅਨ ਹਿਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ। ਸਵੈ ਅਨੁਸ਼ਾਸਨ। ਜੋ ਵਿਅਕਤੀ ਆਪਣੇ ਦਿਮਾਗ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਹੈ ਉਹ ਕਿਸੇ ਵੀ ਚੀਜ਼ ਉੱਪਰ ਕਾਬੂ ਪਾ ਸਕਦਾ ਹੈ, ਬਸ਼ਰਤੇ ਕਿ ਉਹ ਉਸਦਾ ਹੱਕਦਾਰ ਹੋਵੇ। ਐਂਡਰਿਊ ਕਾਰਨੇਗੀ। ਸਵੇਰੇ ਆਦਤ ਦੀ ਬ੍ਰਹਿਮੰਡੀ ਸ਼ਕਤੀ ਦੇ ਨਿਯਮ ਉੱਪਰ ਹੋਈ ਚਰਚਾ ਨਾਲ ਕਾਨਫਰੰਸ ਦੇ ਲੋਕ ਉਤਸ਼ਾਹਿਤ ਹੋ ਗਏ ਸਨ। ਇਹ ਸਲਾਹ ਉਹਨਾਂ ਨੇ ਬਹੁਤ ਸਮਝਦਾਰੀ ਭਰੀ ਲੱਗੀ ਸੀ ਕਿ ਸਫਲਤਾ ਦੀ ਦਿਸ਼ਾ ਵਿੱਚ ਵੱਧ ਰਹੇ ਲੋਕਾਂ ਨੂੰ ਆਪਣੀਆਂ ਆਦਤਾਂ ਬਦਲ ਲੈਣੀਆਂ ਚਾਹੀਦੀਆਂ ਹਨ। ਲੰਚਰੂਮ ਵਿੱਚ ਜਾਣ ਪਿੱਛੋਂ ਸਰੋਤਿਆਂ ਨੂੰ ਇਹ ਅਹਿਸਾਸ ਹੋਇਆ ਕਿ ਅੱਜ ਉਹ ਆਖਰੀ ਵਾਰ ਇੱਕ ਦੂਜੇ ਨਾਲ ਹੋਣਗੇ। ਇੱਕ ਹਫ਼ਤੇ ਵਿੱਚ ਉਹਨਾਂ ਦੇ ਕਈ ਮਿੱਤਰ ਬਣੇ ਸਨ ਅਤੇ ਕਈਆਂ ਨੇ ਆਪਣਾ ਮਾਸਟਰ ਮਾਈਂਡ ਗੱਠਜੋੜ ਬਣਾਉਣ ਬਾਰੇ ਗੱਲ ਵੀ ਕੀਤੀ ਸੀ ਤਾਂ ਕਿ ਉਹ ਜੀਵਨ ਦੇ ਉਦੇਸ਼ ਹਾਸਲ ਕਰ ਸਕਣ, ਹਾਸਲ ਕਰਨ ਵਿੱਚ ਇੱਕ ਦੂਜੇ ਦੀ ਮਦਦ ਕਰ ਸਕਣ। ਇੱਕ ਸਰੋਤੇ ਨੇ ਕਿਹਾ, ਰਾਣੀ ਦੀ ਗੱਲ ਹੈ ਕਿ ਕਾਨਫਰੰਸ ਮੁੱਕਣ ਵਾਲੀ ਹੈ ਪਰ ਕੋਈ ਵੀ ਹੁਣ ਤੱਕ ਮਾਣਯੋਗ ਵਕਤਾ ਦਾ ਨਾਂ ਨਹੀਂ ਜਾਣ ਸਕਿਆ ਹੈ। ਉਸੇ ਸਮੇਂ ਇੱਕ ਨੌਜਵਾਨ ਆਪਣੇ ਹੱਥ ਇੱਕ ਕਾਗਜ਼ ਲਹਿਰਾਉਂਦਾ ਹੋਇਆ ਆਇਆ। ਉਸਨੇ ਚੀਖ ਕੇ ਕਿਹਾ, ਮੈਨੂੰ ਉਸਦੇ ਨਾਂ ਦਾ ਪਤਾ ਲੱਗ ਗਿਆ ਹੈ। ਮੈਂ ਜਾਣਦਾ ਹਾਂ ਕਿ ਇਹ ਮਾਣਯੋਗ ਵਕਤਾ ਕੌਣ ਹੈ ਅਤੇ ਮੈਂ ਕੱਲ੍ਹ ਦੇ ਅਖ਼ਬਾਰ ਵਿੱਚ ਉਸਦਾ ਨਾਂ ਛਾਪ ਰਿਹਾ ਹਾਂ। ਇਹ ਨੌਜਵਾਨ ਇੱਕ ਰਿਪੋਰਟਰ ਸੀ ਜਿਸ ਨੂੰ ਪਹਿਲੀ ਵਾਰ ਇਤਨੀ ਸਨਸਨੀਖੇਜ਼ ਖ਼ਬਰ ਮਿਲੀ ਸੀ। ਕਈ ਲੋਕ ਉਸ ਨੌਜਵਾਨ ਨੂੰ ਘੇਰ ਕੇ ਉਸ ਤੋਂ ਵਕਤਾ ਦਾ ਨਾਂ ਪੁੱਛਣ ਲੱਗੇ ਪਰ ਉਸਨੇ ਦ੍ਰਿੜਤਾ ਨਾਲ ਇਨਕਾਰ ਕੀਤੀ। ਕਿਸੇ ਵੀ ਤਰ੍ਹਾਂ ਇਸ ਸਨਸਨੀਖੇਜ਼ ਖ਼ਬਰ ਉਜਾਗਰ ਨਹੀਂ ਕਰਨ ਵਾਲਾ। ਇਸ ਪਿੱਛੋਂ ਉਹ ਆਪਣਾ ਲੰਚ ਲੈਣ ਚਲਾ ਗਿਆ। ਲੰਚ ਰੂਮ ਵਿੱਚ ਜਦੋਂ ਸ਼ੋਰ ਘੱਟ ਹੋ ਗਿਆ, ਜਿਸ ਵਿਅਕਤੀ ਨੇ ਮਾਣਯੋਗ ਵਕਤਾ ਦੀ ਮੰਚ ਉੱਪਰ ਪਹਿਲੇ ਦਿਨ ਜਾਣ ਪਛਾਣ ਕਰਵਾਈ ਸੀ, ਉਸਨੇ ਸਰੋਤਿਆਂ ਨੂੰ ਕਿਹਾ, ਦੇਵੀ ਅਤੇ ਸੱਜਣੋ, ਹੁਣ ਉਹ ਚੀਜ਼ ਜਾਣਨ ਦਾ ਸਮਾਂ ਆ ਗਿਆ ਹੈ ਜਿਸਦਾ ਤੁਹਾਡੇ ਨਾਲ ਕਾਨਫਰੰਸ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਤੁਹਾਡੇ ਨਾਲ ਵਾਅਦਾ ਕੀਤਾ ਜਾ ਰਿਹਾ ਹੈ। ਕਿਰਪਾ ਕਰਕੇ ਛੇਤੀ ਲੰਚ ਖਤਮ ਕਰਕੇ ਹਾਲ ਵਿੱਚ ਮੁੜਾਓ। ਉੱਥੇ ਤੁਹਾਨੂੰ ਅੰਤਿਮ ਸੱਚਾਈ ਦੱਸੀ ਜਾਏਗੀ ਜਿਸਦਾ ਤੁਹਾਨੂੰ ਸਭਨਾਂ ਨੂੰ ਇੰਤਜ਼ਾਰ ਹੈ। ਉਹ ਅਖੀਰਲਾ ਕਦਮ ਜੋ ਅਮੀਰੀ ਦੀ ਚਾਬੀ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰੇਗਾ। ਇੱਕ ਔਰਤ ਨੇ ਆਪਣੀ ਕੁਰਸੀ ਵੱਲ ਵੱਧਦਿਆਂ ਆਪਣੀ ਸਹੇਲੀ ਨੂੰ ਕਿਹਾ, ਕਿੰਨੀ ਰੋਮਾਂਚਕ ਗੱਲ ਹੈ। ਕੁਝ ਸਰੋਤਿਆਂ ਦੇ ਚਿਹਰੇ ਉੱਪਰ ਸ਼ੱਕ ਦੇ ਭਾਵ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਮਾਣਯੋਗ ਵਕਤਾ ਉਹਨਾਂ ਨੂੰ ਕੋਈ ਅਜਿਹੀ ਗੱਲ ਦੱਸ ਸਕਦਾ ਹੈ ਜਿਸ ਨਾਲ ਉਹਨਾਂ ਦੀ ਜ਼ਿੰਦਗੀ ਦੀ ਦਿਸ਼ਾ ਬਦਲ ਜਾਏਗੀ। ਵਕਤਾ ਇੱਕ ਵਾਰ ਫਿਰ ਮੰਚ ਦੇ ਕਿਨਾਰੇ 'ਤੇ ਬੈਠਾ ਸੀ। ਉਹ ਆਪਣੇ ਵਿਚਾਰਾਂ ਵਿੱਚ ਮਗਨ ਬੈਠਾ ਸੀ ਅਤੇ ਬੋਲਣ ਤੋਂ ਪਹਿਲਾਂ ਉਸਨੇ ਆਪਣਾ ਗਲਾ ਕਈ ਵਾਰ ਸਾਫ ਕੀਤਾ। ਮੈਂ ਹੁਣ ਤੁਹਾਨੂੰ ਉਹ ਤਰੀਕੇ ਦੱਸਾਂਗਾ ਜਿਨ੍ਹਾਂ ਨਾਲ ਵਿਅਕਤੀ ਆਪਣੇ ਦਿਮਾਗ ਦਾ ਮਾਲਕ ਬਣ ਸਕਦਾ ਹੈ। ਮੈਂ ਉਸ ਵਿਅਕਤੀ ਦੇ ਕਥਨ ਨਾਲ ਆਪਣੀ ਗੱਲ ਸ਼ੁਰੂ ਕਰਦਾ ਹਾਂ ਜੋ ਆਪਣੀ ਹੈਰਾਨ ਕਰਨ ਦੇਣ ਵਾਲੀ ਸਫਲਤਾ ਨਾਲ ਇਸ ਵਾਕ ਦੀ ਸੱਚਾਈ ਨੂੰ ਸਾਬਤ ਕਰ ਚੁੱਕਾ ਹੈ। ਕਾਰਨੇਗੀ ਨੇ ਨਾ ਕੇਵਲ ਆਪਣੀ ਲੋੜ ਤੋਂ ਜ਼ਿਆਦਾ ਭੌਤਿਕ ਦੌਲਤ ਹਾਸਲ ਕੀਤੀ ਬਲਕਿ ਉਸਨੇ ਬਾਕੀ 11 ਦੌਲਤਾਂ ਵੀ ਹਾਸਲ ਕੀਤੀਆਂ। ਜ਼ਿੰਦਗੀ ਦੀਆਂ 12 ਦੌਲਤਾਂ ਦਾ ਵਧੇਰੇ ਮਹੱਤਵਪੂਰਨ ਹਿੱਸਾ ਹੈ। ਜੋ ਲੋਕ ਉਸਨੂੰ ਚੰਗੀ ਤਰ੍ਹਾਂ ਜਾਣਦੇ ਜਾਂ ਉਸ ਨਾਲ ਕੰਮ ਕਰ ਚੁੱਕੇ ਹਨ ਦਾ ਉਹ ਕਹਿੰਦਾ ਹੈ ਕਿ ਕਾਰਨੇਗੀ ਦੇ ਚਰਿੱਤਰ ਦਾ ਸਭ ਤੋਂ ਪ੍ਰਬਲ ਗੁਣ ਇਹ ਸੀ ਕਿ ਉਸਨੇ ਬਹੁਤ ਘੱਟ ਉਮਰ ਵਿੱਚ ਹੀ ਆਪਣੇ ਦਿਮਾਗ ਉੱਪਰ ਪੂਰਾ ਕਾਬੂ ਪਾ ਲਿਆ ਸੀ। ਜ਼ਿੰਦਗੀ ਵਿੱਚ ਉਸਨੇ ਆਪਣੇ ਵਿਚਾਰ ਆਪ ਸੋਚਣ ਦੇ ਹੱਕ ਨੂੰ ਕਦੀ ਵੀ ਨਹੀਂ ਸੀ ਗਵਾਇਆ। ਇਹ ਬਹੁਤ ਵੱਡੀ ਸਫਲਤਾ ਅਤੇ ਵਰਦਾਨ ਹੋਵੇਗਾ ਜੇ ਹਰ ਵਿਅਕਤੀ ਇਮਾਨਦਾਰੀ ਨਾਲ ਇਹ ਕਹਿ ਸਕੇ, ਮੈਂ ਆਪਣੀ ਕਿਸਮਤ ਦਾ ਮਾਲਕ ਹਾਂ, ਮੈਂ ਆਪਣੀ ਆਤਮਾ ਦਾ ਸੈਨਾਪਤੀ ਹਾਂ। ਪਰਮਾਤਮਾ ਦਾ ਸ਼ਾਇਦ ਇਹੀ ਇਰਾਦਾ ਰਿਹਾ ਹੋਵੇਗਾ। ਜੇ ਉਸਦਾ ਇਹ ਇਰਾਦਾ ਨਾ ਹੁੰਦਾ ਤਾਂ ਇਨਸਾਨ ਸਿਰਫ ਇੱਕ ਹੀ ਸ਼ਕਤੀ ਨਾਲ ਪੂਰੀ ਤਰ੍ਹਾਂ ਕਾਬੂ ਵਿੱਚ ਨਾ ਹੁੰਦਾ। ਆਪਣੇ ਹੀ ਵਿਚਾਰਾਂ ਦੀ ਤਾਕਤ ਨਾਲ ਸਾਨੂੰ ਜੀਵਨ ਭਰ ਸਰੀਰਕ ਅਤੇ ਮਾਨਸਿਕ ਸੁਤੰਤਰਤਾ ਕਦੀ ਨਹੀਂ ਮਿਲਦੀ। ਕਿਉਂ? ਪਰਮਾਤਮਾ ਨੇ ਉਹ ਸਾਰੇ ਸਾਧਨ ਦਿੱਤੇ ਹਨ ਜਿਨ੍ਹਾਂ ਰਾਹੀਂ ਇਨਸਾਨ ਆਜ਼ਾਦ ਹੋ ਸਕਦਾ ਹੈ। ਉਸਨੇ ਹਰ ਇੱਕ ਨੂੰ ਉਹਨਾਂ ਸਾਧਨਾਂ ਤੱਕ ਪਹੁੰਚਣ ਦਾ ਜ਼ਰੀਆ ਵੀ ਦਿੱਤਾ ਹੈ। ਇਹੀ ਨਹੀਂ, ਉਸਨੇ ਸੁਤੰਤਰਤਾ ਦੀ ਪ੍ਰਾਪਤੀ ਦਾ ਉਦੇਸ਼ ਦੇ ਕੇ ਹਰ ਇਨਸਾਨ ਨੂੰ ਪ੍ਰੇਰਣਾ ਵੀ ਦਿੱਤੀ ਹੈ। ਜਦੋਂ ਅਮੀਰੀ ਦੇ ਬੂਹੇ ਦੀ ਚਾਬੀ ਅਸੀਂ ਆਸਾਨੀ ਨਾਲ ਹਾਸਲ ਕਰ ਸਕਦੇ ਹਾਂ ਤਾਂ ਫਿਰ ਅਸੀਂ ਕਿਉਂ ਆਪਣੇ ਆਪ ਨੂੰ ਕੈਦੀ ਬਣਾ ਦਿੰਦੇ ਹਾਂ ਅਤੇ ਜੀਵਨ ਨੂੰ ਜੇਲ੍ਹ, ਗਰੀਬੀ ਦੀ ਜੇਲ੍ਹ, ਮਾੜੀ ਸਿਹਤ ਦੀ ਜੇਲ੍ਹ, ਡਰ ਦੀ ਜੇਲ੍ਹ, ਅਗਿਆਨ ਦੀ ਜੇਲ੍ਹ, ਸਰੀਰਕ ਅਤੇ ਮਾਨਸਿਕ ਸੁਤੰਤਰਤਾ ਦੀ ਚਾਹਤ ਸਾਰੇ ਲੋਕਾਂ ਨੂੰ ਹੁੰਦੀ ਹੈ ਪਰ ਬਹੁਤ ਘੱਟ ਲੋਕ ਇਸ ਨੂੰ ਹਾਸਲ ਕਰ ਸਕਦੇ ਹਨ। ਕਾਰਨ ਇਹ ਹੈ ਕਿ ਇਸ ਦੀ ਤਲਾਸ਼ ਕਰਨ ਵਾਲੇ ਬਹੁਤੇ ਲੋਕ ਹਰ ਥਾਂ ਇਸ ਨੂੰ ਖੋਜਦੇ ਹਨ। ਇਹ ਅਮੀਰੀ ਦੀ ਚਾਬੀ ਇਨਸਾਨ ਦੇ ਆਪਣੇ ਦਿਮਾਗ ਵਿੱਚ ਹੁੰਦੀ ਹੈ, ਇਹੀ ਉਸਦਾ ਇੱਕੋ ਇੱਕ ਸਰੋਤ ਹੈ। ਹਾਲਾਂਕਿ ਸਭ ਦੇ ਮਨ ਵਿੱਚ ਦੌਲਤ ਪ੍ਰਾਪਤ ਕਰਨ ਦੀ ਇੱਛਾ ਹੁੰਦੀ ਹੈ ਪਰ ਵਧੇਰੇ ਲੋਕ ਜ਼ਿੰਦਗੀ ਦੀਆਂ ਸੱਚੀਆਂ ਦੌਲਤਾਂ ਨੂੰ ਕਦੀ ਨਹੀਂ ਦੇਖ ਸਕਦੇ।
ਇਸਦਾ ਕਾਰਨ ਇਹ ਹੈ ਕਿ ਉਹ ਪਹਿਚਾਣ ਹੀ ਨਹੀਂ ਸਕਦੇ ਕਿ ਹਰ ਤਰ੍ਹਾਂ ਦੀ ਅਮੀਰੀ ਜਾਂ ਦੌਲਤ ਦਾ ਆਰੰਭ ਉਹਨਾਂ ਦੇ ਦਿਮਾਗ ਵਿੱਚ ਹੀ ਹੁੰਦਾ ਹੈ। ਦਿਮਾਗ ਦੀ ਸ਼ਕਤੀ ਦਾ ਸਮੁੱਚਾ ਨਿਚੋੜ ਇੱਕੋ ਤਰ੍ਹਾਂ ਕੱਢਿਆ ਜਾ ਸਕਦਾ ਹੈ, ਕਠੋਰ ਅਤੇ ਸਵੈ ਅਨੁਸ਼ਾਸਨ। ਅਨੁਸ਼ਾਸਨ ਅਤੇ ਨਿਸ਼ਚਿਤ ਉਦੇਸ਼ਾਂ ਦੀ ਦਿਸ਼ਾ ਵਿੱਚ ਵਧਣ ਵਾਲੇ ਦਿਮਾਗ ਵਿੱਚ ਜ਼ਬਰਦਸਤ ਸ਼ਕਤੀ ਹੁੰਦੀ ਹੈ। ਇਹ ਸ਼ਕਤੀ ਕਿਸੇ ਹਾਰ ਨੂੰ ਸਥਾਈ ਨਹੀਂ ਮੰਨਦੀ ਹੈ ਅਤੇ ਕਦੀ ਹਾਰ ਨਹੀਂ ਮੰਨਦੀ ਹੈ। ਇਹ ਹਾਰ ਨੂੰ ਜਿੱਤ ਵਿੱਚ ਬਦਲ ਦਿੰਦੀ ਹੈ, ਰੁਕਾਵਟਾਂ ਨੂੰ ਪੌੜੀਆਂ ਵਿੱਚ ਬਦਲ ਦਿੰਦੀ ਹੈ। ਇਹ ਤਾਰਿਆਂ ਨੂੰ ਛੂਹਣ ਦੀ ਕੋਸ਼ਿਸ਼ ਕਰਦੀ ਹੈ ਅਤੇ ਬ੍ਰਹਿਮੰਡ ਦੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਆਪਣੀ ਹਰ ਇੱਛਾ ਪੂਰੀ ਕਰ ਲੈਂਦੀ ਹੈ। ਜੋ ਵਿਅਕਤੀ ਸਵੈ ਅਨੁਸ਼ਾਸਨ ਦੇ ਬੂਹੇ ਖੁਦ ਉੱਪਰ ਜਿੱਤ ਪਾ ਲੈਂਦੀ ਹੈ ਉਸ ਉੱਪਰ ਦੂਜੇ ਕਦੀ ਜਿੱਤ ਪ੍ਰਾਪਤ ਨਹੀਂ ਕਰ ਸਕਦਾ। ਸਵੈ ਅਨੁਸ਼ਾਸਨ 12 ਦੌਲਤਾਂ ਵਿੱਚੋਂ ਇੱਕ ਹੈ, ਪਰ ਇਹ ਉਸ ਨਾਲੋਂ ਵੀ ਵੱਧ ਕੇ ਹੈ। ਇਹ ਹਰ ਪ੍ਰਕਾਰ ਦੀ ਦੌਲਤ ਹਾਸਲ ਕਰਨ ਦੀ ਮਹੱਤਵਪੂਰਨ ਸ਼ਰਤ ਹੈ। ਇਸ ਵਿੱਚ ਸਰੀਰਕ ਅਤੇ ਮਾਨਸਿਕ ਸੁਤੰਤਰਤਾ, ਸ਼ਕਤੀ, ਸ਼ੋਹਰਤ ਅਤੇ ਉਹ ਸਾਰੀਆਂ ਭੌਤਿਕ ਵਸਤਾਂ ਸ਼ਾਮਲ ਹਨ ਜਿਨ੍ਹਾਂ ਨੂੰ ਅਸੀਂ ਦੌਲਤ ਦਾ ਨਾਂ ਦਿੰਦੇ ਹਾਂ। ਕਠੋਰ ਸਵੈ ਅਨੁਸ਼ਾਸਨ ਉਹ ਇੱਕੋ ਇੱਕ ਸਾਧਨ ਹੈ ਜਿਸ ਰਾਹੀਂ ਵਿਅਕਤੀ ਆਪਣੇ ਦਿਮਾਗ ਨੂੰ ਕਿਸੇ ਨਿਸ਼ਚਿਤ ਪ੍ਰਮੁੱਖ ਉਦੇਸ਼ ਉੱਪਰ ਕੇਂਦਰਿਤ ਕਰ ਸਕਦਾ ਹੈ। ਇਸ ਪਿੱਛੋਂ ਹੀ ਆਰਜ਼ ਦੀ ਬ੍ਰਹਿਮੰਡੀ ਸ਼ਕਤੀ ਦਾ ਨਿਜ਼ਮ ਉਸ ਉਦੇਸ਼ ਨੂੰ ਮਨਜ਼ੂਰ ਕਰਦਾ ਹੈ ਅਤੇ ਉਸਨੂੰ ਉਸਦੇ ਭੌਤਿਕ ਰੂਪ ਵਿੱਚ ਬਦਲ ਦਿੰਦਾ ਹੈ। ਇਹ ਇੱਛਾ ਸ਼ਕਤੀ ਅਤੇ ਭਾਵਨਾ ਦੀ ਸ਼ਕਤੀ ਦੀ ਕੁੰਜੀ ਹੈ, ਕਿਉਂਕਿ ਇਸੇ ਨਾਲ ਦੋਹਾਂ ਨੂੰ ਪ੍ਰਾਪਤ ਕੀਤਾ ਜਾਂਦਾ ਹੈ, ਸੰਤੁਲਿਤ ਕੀਤਾ ਜਾਂਦਾ ਹੈ ਅਤੇ ਨਿਸ਼ਚਿਤ ਉਦੇਸ਼ਾਂ ਦੀ ਦਿਸ਼ਾ ਵਿੱਚ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਕਿਸੇ ਨਿਸ਼ਚਿਤ ਪ੍ਰਮੁੱਖ ਉਦੇਸ਼ ਨੂੰ ਬਣਾਈ ਰੱਖਣ ਦੀ ਰਾਹ ਦਸੇਰਾ ਸ਼ਕਤੀ ਹੈ। ਇਹ ਲਗਨ ਦਾ ਸਰੋਤ ਹੈ। ਇਸੇ ਰਾਹੀਂ ਵਿਅਕਤੀ ਆਪਣੇ ਉਦੇਸ਼ਾਂ ਅਤੇ ਯੋਜਨਾਵਾਂ ਉੱਪਰ ਕੰਮ ਕਰਨ ਦੀ ਆਦਤ ਵਿਕਸਿਤ ਕਰ ਸਕਦਾ ਹੈ। ਇਸੇ ਸ਼ਕਤੀ ਰਾਹੀਂ ਵਿਚਾਰ ਸੰਬੰਧੀ ਆਦਤਾਂ ਬਣਦੀਆਂ ਹਨ ਅਤੇ ਕਾਇਮ ਰਹਿੰਦੀਆਂ ਹਨ। ਜਦ ਤੱਕ ਆਦਤ ਦੀ ਬ੍ਰਹਿਮੰਡੀ ਸ਼ਕਤੀ ਦਾ ਨਿਜ਼ਮ ਉਹਨਾਂ ਨੂੰ ਸਥਾਈ ਬਣਾ ਕੇ ਉਹਨਾਂ ਨੂੰ ਤਰਕ ਦੀ ਪਵਿੱਤਰਤਾ ਤੱਕ ਨਹੀਂ ਪਹੁੰਚਦਾ, ਇਹ ਉਹ ਸਾਧਨ ਹੈ ਜਿਸ ਰਾਹੀਂ ਵਿਅਕਤੀ ਆਪਣੇ ਦਿਮਾਗ ਉੱਪਰ ਪੂਰਾ ਕਾਬੂ ਕਰ ਸਕਦਾ ਹੈ ਅਤੇ ਉਸਨੂੰ ਆਪਣੇ ਮਨਚਾਹੇ ਉਦੇਸ਼ ਵੱਲ ਵਧਾਉਣ ਦਾ ਰਾਹ ਦਿਖਾ ਸਕਦਾ ਹੈ। ਇਹ ਹਰ ਲੀਡਰ ਲਈ ਜ਼ਰੂਰੀ ਹੈ। ਇਹ ਉਹ ਸ਼ਕਤੀ ਹੈ ਜਿਸ ਰਾਹੀਂ ਵਿਅਕਤੀ ਆਪਣੀ ਅੰਤਰਾਤਮਾ ਦਾ ਸਹਿਯੋਗ ਅਤੇ ਮਾਰਗਦਰਸ਼ਨ ਹਾਸਲ ਕਰਦਾ ਹੈ। ਇਹ ਉਹ ਸਿਪਾਹੀ ਹੈ ਜੋ ਹਰ ਤਰ੍ਹਾਂ ਦੇ ਡਰ ਨੂੰ ਹਟਾਉਂਦਾ ਹੈ ਅਤੇ ਆਸਥਾ ਦੇ ਪ੍ਰਗਟਾ ਲਈ ਦਿਮਾਗ ਨੂੰ ਸਾਫ਼ ਕਰਦਾ ਹੈ। ਇਹ ਕਲਪਨਾ ਸ਼ਕਤੀ ਅਤੇ ਰਚਨਾਤਮਕ ਦੂਰ ਅੰਦੇਸ਼ੀ ਦੇ ਪ੍ਰਗਟਾ ਲਈ ਦਿਮਾਗ ਦੀ ਸਫਾਈ ਕਰਦਾ ਹੈ। ਇਹ ਫੈਸਲਾ ਨਾ ਲੈ ਸਕਣ ਅਤੇ ਹਰ ਕਿਸਮ ਦੇ ਸ਼ੱਕ ਨੂੰ ਦੂਰ ਭਜਾਉਂਦਾ ਹੈ। ਭੌਤਿਕ ਦੌਲਤ ਹਾਸਲ ਕਰਨ ਲਈ ਜ਼ਰੂਰੀ ਦੌਲਤ ਦੀ ਚੇਤਨਾ ਨੂੰ ਬਣਾਉਣ ਅਤੇ ਕਾਇਮ ਰੱਖਣ ਵਿੱਚ ਵੀ ਇਹ ਮਦਦ ਕਰਦਾ ਹੈ। ਚੰਗੀ ਸਰੀਰਕ ਸਿਹਤ ਨੂੰ ਬਣਾਈ ਰੱਖਣ ਲਈ ਜ਼ਰੂਰੀ ਸਿਹਤ ਦੀ ਚੇਤਨਾ ਵੀ ਇਸੇ ਤੋਂ ਮਿਲਦੀ ਹੈ। ਇਸ ਤੋਂ ਬਿਨਾਂ ਸਵੈ ਅਨੁਸ਼ਾਸਨ ਦਿਮਾਗ ਦੀ ਹਰੇਕ ਕੰਮ ਕਾਜੀ ਪ੍ਰਣਾਲੀ ਰਾਹੀਂ ਕੰਮ ਕਰਦਾ ਹੈ। ਇਸ ਲਈ ਆਓ ਹੁਣ ਇਸ ਪ੍ਰਣਾਲੀ ਦੀ ਪੜਤਾਲ ਕਰੀਏ ਤਾਂ ਕਿ ਇਹ ਸਮਝ ਸਕੀਏ ਕਿ ਇਹਨਾਂ ਵਿੱਚ ਕਿਹੜੇ ਤੱਤ ਸ਼ਾਮਲ ਹਨ। ਅਗਰ ਤੁਸੀਂ ਇਸ ਕਿਤਾਬ ਨੂੰ ਔਨਲਾਈਨ ਆਰਡਰ ਕਰਨਾ ਚਾਹੁੰਦੇ ਹੋ, ਇਸਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।